ਪੰਜਾਬ ਦੇ ਲੁਧਿਆਣਾ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਸੈਂਟਰਲ ਜੇਲ੍ਹ ਦੇ ਵਿੱਚ ਦੋ ਪਾਰਟੀਆਂ ਦੀ ਆਪਸ ਦੇ ਵਿੱਚ ਝੜਪ ਹੋ ਗਈ ਸੀ, ਜਿਸ ਤੋਂ ਬਾਅਦ ਕਾਨੂੰਨ ਵਿਵਸਥਾ ਨੂੰ ਸ਼ਾਂਤ ਬਣਾਏ ਰੱਖਣ ਦੇ ਲਈ ਪੁਲਿਸ ਦੇ ਵੱਲੋਂ ਹਵਾਈ ਫਾਇਰ ਕੀਤੇ ਗਏ ਸੀ, ਜਿਸ ਵਿੱਚ ਕੁਝ ਲੋਕ ਜ਼ਖਮੀ ਹੋ ਗਏ ਸਨ ਅਤੇ ਕੁਝ ਮਾਰੇ ਗਏ ਸਨ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੀ ਪੂਰੀ ਸਰਕਾਰ ਕੰਨਾਂ ਦੇ ਵਿੱਚ ਰੂੰ ਪਾ ਕੇ ਸੌਂ ਗਈ ਸੀ। ਆਪਣੇ ਪੰਜਾਬ ਸਰਕਾਰ ਦੇ ਜੇਲ੍ਹ ਮੰਤਰੀ ਨੂੰ ਪੰਜਾਬ ਸਰਕਾਰ ਬਚਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਅਤੇ ਭਾਜਪਾ ਦੇ ਵਰਿਸ਼ਠ ਨੇਤਾਵਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਇਸ ਮਾਮਲੇ ਤੇ ਜਲਦੀ ਤੋਂ ਅਮਲ ਨਹੀਂ ਕਰਦੀ ਤਾਂ ਪੰਜਾਬ ਸਰਕਾਰ ਦੇ ਜੇਲ੍ਹ ਮੰਤਰੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਉਹਨਾਂ ਦਾ ਕਹਿਣਾ ਸੀ ਕਿ ਜ਼ਖਮੀ ਹੋਏ ਵਿਅਕਤੀਆਂ ਨੂੰ 50 ਲੱਖ ਰੁਪਏ, ਜਦਕਿ ਜੋ ਮਰ ਗਏ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਸਰਕਾਰ ਨੂੰ ਦੇਣਾ ਚਾਹੀਦਾ ਹੈ ਤੇ ਸਰਕਾਰੀ ਨੌਕਰੀ ਵੀ ਮੁਹੱਈਆ ਕਰਵਾਉਣੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਸੂਬੇ ਦੀ ਸਰਕਾਰ ਵੱਲੋਂ ਇਹ ਮੰਗ ਪੂਰੀ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਬਣੇਗੀ ਤਾਂ ਕਾਨੂੰਨ ਕੀ ਹੁੰਦਾ ਇਹ ਦੱਸ ਦਿੱਤਾ ਜਾਵੇਗਾ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਸ਼ਨ ਜਿਹਦੇ ਵਿੱਚ ਸਮੁੱਚੀ ਲੀਡਰਸ਼ਿਪ ਸਰਦਾਰ ਰਣਜੀਤ ਸਿੰਘ ਢਿੱਲੋਂ, ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਮੈਂ ਅਤੇ ਆ ਜਿਹੜੀ ਤੁਹਾਡੇ ਸਾਹਮਣੇ ਲੀਡਰਸ਼ਿਪ ਸਾਰੀ ਬੈਠੀ ਹੈ, ਸਾਰੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੈਮੋਰੈਂਡਮ ਦੇ ਕੇ ਆਏ ਹਾਂ। ਮੈਮੋਰੈਂਡਮ ਆ ਲੁਧਿਆਣਾ ਜੇਲ੍ਹ ਵਿੱਚ ਹੋਈ ਵਾਇਲੈਂਸ ਬਾਰੇ। ਸਾਡਾ ਮੰਨਣਾ ਨਹੀਂ, ਸਾਡਾ ਕਨਵਿਕਸ਼ਨ ਹੈ ਕਿ ਜੋ ਲੁਧਿਆਣਾ ਜੇਲ੍ਹ ਵਿਦ ਆ ਫਾਇਰਿੰਗ ਦਾ ਮੇਨ ਦੋਸ਼ੀ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮਿਨਿਸਟਰ ਹੈ, ਅਸੀਂ ਡਿਮਾਂਡ ਕਰਦੇ ਹਾਂ ਕਿ ਉਹਦੇ ਕਤਲ ਦਾ ਮੁਕੱਦਮਾ ਰਜਿਸਟਰ ਕਰਕੇ ਉਹਨੂੰ ਟਰਾਈ ਕੀਤੀ ਜਾਵੇ। ਜਿੰਨਾ ਚਿਰ ਪਰਚਾ ਉਹਦੇ 'ਤੇ ਦਰਜ ਨਹੀਂ ਹੁੰਦਾ, ਸ਼੍ਰੋਮਣੀ ਅਕਾਲੀ ਦਲ ਚੈਨ ਨਾਲ ਨਹੀਂ ਬੈਠੂਗਾ। ਅਕਾਲੀ ਦਲ ਦਾ ਇਹ ਫੈਸਲਾ ਕਿ ਜੇ ਵਕਤ ਦੀ ਸਰਕਾਰ ਨੇ ਆਪਣੇ ਮੰਤਰੀ ਨੂੰ ਕਤਲ 'ਚੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਸ ਦਿਨ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਊਗੀ ਉਹ ਇਸ ਮੁਕੱਦਮੇ ਨੂੰ ਕਾਨੂੰਨ ਦੇ ਦਾਇਰੇ 'ਚ ਲੈਂਦਿਆਂ ਹੋਇਆਂ ਲੋੜੀਂਦੀ ਕਾਰਵਾਈ ਸੁਖਜਿੰਦਰ ਸਿੰਘ ਰੰਧਾਵਾ ਦੇ ਉਲਟ ਕਰੂਗੀ। ਦੂਸਰੀ ਮੰਗ ਅਸੀਂ ਇਹ ਲੈ ਕੇ ਆਏ ਹਾਂ ਕਿ ਜਿਹੜਾ ਬੰਦਾ ਮਾਰਿਆ ਗਿਆ ਫਾਇਰਿੰਗ 'ਚ ਉਹਦੇ ਛਾਤੀ 'ਤੇ ਗੋਲੀ ਵੱਜੀ ਹੈ ਅਤੇ ਪੁਲਿਸ ਨੇ ਆਪਣਾ ਡਿਫੈਂਸ ਕਰਨ ਲਈ ਉਹਦੇ ਪਰਚਾ ਕਰਤਾ, ਇਨੋਸੈਂਟ ਬੰਦੇ 'ਤੇ ਗੋਲੀ ਛਾਤੀ 'ਚ ਮਾਰ ਕੇ ਬੈਰਕ 'ਚ ਬੈਠੇ ਮਾਰ ਕੇ, ਉਹਦੇ ਲਈ ਅਸੀਂ ਮੰਗ ਕੇ ਆਏ ਹਾਂ 1 ਕਰੋੜ ਦੀ ਕੰਪਨਸੇਸ਼ਨ ਅਤੇ ਉਹਦੇ ਪਰਿਵਾਰ ਨੂੰ 1 ਮੈਂਬਰ ਨੂੰ ਗੌਰਮੈਂਟ ਜੋਬ, ਅਤੇ ਜਿਹੜੇ ਸੀਰੀਅਸਲੀ ਇੰਜਰਡ ਆ ਉਹਨਾਂ ਲਈ 50-50 ਲੱਖ ਰੁਪਇਆ ਕੰਪਨਸੇਸ਼ਨ ਮੰਗ ਕੇ ਆਏ। ਸਰਕਾਰ ਤੋਂ ਇਹ ਮੰਗ ਆ, ਗਵਰਨਰ ਸਾਹਿਬ ਤੋਂ ਪੰਜਾਬ ਦਿਆਂ ਤੋਂ ਇਹ ਮੰਗ ਆ, ਜਿਹੜਾ ਲਈ ਅਸੀਂ ਮੈਮੋਰੈਂਡਮ ਥਰੂ ਡੈਪਟੀ ਕਮਿਸ਼ਨਰ ਲੁਧਿਆਣਾ ਦੇ ਕੇ ਆਏ ਹਾਂ ਕਿ ਸੁਖਜਿੰਦਰ ਸਿੰਘ ਰੰਧਾਵੇ ਨੂੰ ਤੁਰੰਤ 302 ਦੇ ਕੇਸ ਵਿੱਚ ਬੁੱਕ ਕਰਕੇ ਅੰਦਰ ਕੀਤਾ ਜਾਵੇ, ਮਹਿਕਮੇ ਤੋਂ ਬਰਤਰਫ ਕੀਤਾ ਜਾਵੇ, ਮਰਨ ਵਾਲੇ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਇੱਕ ਨੌਕਰੀ ਦਿੱਤੀ ਜਾਵੇ ਅਤੇ ਇੰਜਰਡਸ ਨੂੰ 50-50 ਲੱਖ ਦਿੱਤਾ ਜਾਵੇ। ਲੁਧਿਆਣਾ ਤੋਂ ਵਿਕਾਸ ਭਾਂਬਰੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।